भीम राव बाबा साहब अंबेडकर जी का जो नाम लिया जाता है तो उसका उन्होंने नाम ही अपने आप में एक संस्था है, क्योंकि उन्होंने जो दबे कुचले या पिछड़े समाज के लिए किया वो इस दुनिया से अज तक कोई नहीं कर सकया। जो भी भारत में पिछड़ा समाज से जिन्हों के एससी एसटी ओबीसी या शेड्यूल ट्राइब्स कास्ट बहुत सारिया आदि हैं उन्होंने लिए उन्होंने संविधान के जिड़िया उन्होंने सहूलत मुहैया कराइया। अज उन्हों की बदौलत ये जो समाज है सिर चुक के तुरन जोगा होया है, क्योंकि इस तो पहला ये समाज में पूरी आजादी नहीं सी, पर बाबा साहब ने अपने संविधान के कुछ ऐड करके इन्हों जुरत के तुरन की जाच सिखाई। इस संबंध में अंबेडकर सेना मूल निवासी फगवाड़ा वालों एक जन चेतना रैली कढ़ी गई जो कि समर्पित सी डॉक्टर साहब जी के 14 अप्रैल में जो जन्म दे विसारिया उसके संबंध में फगवाड़े दे विच बहुत बड़े पद्धर से लोगों ने इस विच शमूलियत की। साढ़े सहयोगी करणजीत पराल की रिपोर्ट। जय भीम लाल सलाम। अज अभी फगवाड़े दे विच पहुंचे जिथे बहुत भारी इकट्ठ यंग मैन ते छोटे तो लैके वड्डे तक सारे इत्थे शमूलियत करदे आ। अज दा दिन ओह शुभ दिन आ जिस दिन डॉक्टर भीम राव अंबेडकर जी दा जन्म होया। कहिंदे कमियां दे फेरे अज चानण होया सीगा, मगदा रही ते सूरजा तू कमियां दे फेरे जिथे तंदला समझण तंगियां नूं, जिथे मेहणा गूठे संधियां नूं, जिथे बाल तक दे कंगियां नूं, नक बगदे अखां चुंडियां दंद करेड़े तू मगदा रही ते सूरजा कमियां दे फेरे। इस तो पहला बाबा साहब तो कई महापुरश आए कई गए, पर किसी भी इन्हों गुरदे दलिता ने किसी ने भी बाह नहीं फड़ी। जेड़े भी आए आ सारे जिन्हे आए आ उच्चा नहीं आया, किसी ने भेदभाव जात पात बताने की किसी ने भी हिम्मत नहीं की। बहुत सारिया लहरां चलिया, धार्मिक लहरां भी चलिया, पर कोई भी लहर इतने कामयाब नहीं हुई। जो भारत रत्न डॉक्टर भीमराव अंबेडकर जी ने भारतीय कॉन्स्टिट्यूशन लिखा रब दिया लिखिया सारिया तकदीर तोड़िया, नवा सूरज की रोशनी हुई, हर घर के पिछे एक चानण मुनारा होया। मैं सलाम करदा उस युग पुरश नूं जिहड़ा जिहनूं रब तो उच्चा दर्जा दिता जाता है। सब नूं मेरे वालों जय भीम लाल सलाम। लख लख भाई डॉक्टर भीमराव सा।
ਸਾਥੀਓ ਅੱਜ ਫਗਵਾੜੇ ਦੇ ਵਿੱਚ ਵੱਖ ਵੱਖ ਇਲਾਕਿਆਂ ਤੋਂ ਜਿਵੇਂ ਪਹਿਲਾਂ ਦੱਸ ਚੁੱਕਾ ਕਿ ਲੋਕ ਸ਼ਮੂਲੀਅਤ ਕਰਦੇ ਆ ਜ਼ਿਆਦਾਤਰ ਨੌਜਵਾਨ ਵਰਗ ਜਿਹੜਾ ਜ਼ਿਆਦਾਤਰ ਸ਼ਮੂਲੀਅਤ ਕਰਦਾ ਉਹਨਾਂ ਵਿੱਚ ਸਾਡੇ ਜਲੰਧਰ ਤੋਂ ਅੰਬੇਡਕਰੀ ਮਿਸ਼ਨਰੀ ਸਾਥੀ ਅਨੂਪ ਸੰਧਲ ਜੀ ਸਾਡੇ ਵਿੱਚ ਪਹੁੰਚੇ ਨੇ ਲਓ ਦੋ ਮਿੰਟ ਲਏ ਅਸੀਂ ਉਹਨਾਂ ਦੇ ਵਿਚਾਰ ਪੁੱਛਦੇ ਹਾਂ ਕਿ ਉਹਨਾਂ ਨੇ ਬਾਬਾ ਸਾਹਿਬ ਬਾਰੇ ਉਹ ਕੀ ਜਾਣਦੇ ਤਾਂ ਇੱਥੇ ਸ਼ਮੂਲੀਅਤ ਕੀਤੀ ਤਾਂ ਉਹ ਬਾਬਾ ਸਾਹਿਬ ਨੇ ਕਿਹੜੇ ਕਿਹੜੇ ਕਦਮ ਅੱਗੇ ਪੁੱਟ ਰਹੇ ਆ ਉਹਨਾਂ ਦੇ ਮਿਸ਼ਨ ਤੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਭ ਤੋਂ ਪਹਿਲੇ ਸਾਰੇ ਸੰਸਾਰ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਕੀ ਬਾਬਾ ਸਾਹਿਬ ਦੇ ਜੀਵਨ ਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਆਪਣਾ ਸਾਰਾ ਜੀਵਨ ਸਾਡੇ ਲੋਕਾਂ ਦੇ ਲਈ ਸੰਘਰਸ਼ ਕੀਤਾ ਆਪਣਾ ਸਾਰਾ ਜੀਵਨ ਕੁਰਬਾਨ ਕਰਤਾ ਬਲੀਦਾਨ ਕਰਤਾ ਸਾਡੇ ਲੋਕਾਂ ਨੂੰ ਸਮਾਨਤਾ ਦੇਣ ਲਈ ਸਾਡੇ ਲੋਕਾਂ ਨੂੰ ਸੁਤੰਤਰਤਾ ਦੇਣ ਲਈ ਉਹਨਾਂ ਨੇ ਉਹ ਕੰਮ ਕੀਤਾ ਜਿਹਦੇ ਨਾਲ ਸਾਡੇ ਲੋਕਾਂ ਦੀ ਸਾਢੇ 5000 ਸਾਲ ਦੀ ਜਿਹੜੀ ਗੁਲਾਮੀ ਸੀ ਉਹਨੂੰ ਕੱਟਿਆ ਤੇ ਅੱਜ ਸਾਡਾ ਸਮਾਜ ਕਹਿਣ ਨੂੰ ਤਾਂ ਕਹਿੰਦੇ ਕਿ ਬਾਬਾ ਸਾਹਿਬ ਨੇ ਸਿਰਫ ਸਾਡੇ ਸਮਾਜ ਲਈ ਕੰਮ ਕੀਤਾ ਦਲਿਤ ਸਮਾਜ ਲਈ ਕੰਮ ਕੀਤਾ ਪਰ ਏਦਾਂ ਨਹੀਂ ਆ ਉਹਨਾਂ ਨੇ ਸਾਰੇ ਵਰਗ ਲਈ ਕੰਮ ਕੀਤਾ ਨਾਰੀ ਜਾਤੀ ਦੇ ਮੁਕਤੀਦਾਤਾ ਦਾ ਜਿਹੜਾ ਨਾਮ ਆ ਉਹਨਾਂ ਨੂੰ ਦਿੱਤਾ ਗਿਆ ਤੇ ਅਸੀਂ ਭਾਈ ਨੇ ਪੁੱਛਿਆ ਕੀ ਕਰ ਰਹੇ ਹਾਂ ਬਾਬਾ ਸਾਹਿਬ ਦੀ ਜਿੰਨੀ ਕੁ ਵਿਚਾਰਧਾਰਾ ਵਾ ਲੋਕਾਂ ਦੇ ਘਰ ਘਰ ਦੇ ਵਿੱਚ ਪਹੁੰਚਾਉਣ ਲਈ ਅਸੀਂ ਉਹਦੇ ਤੇ ਹਰ ਟਾਈਮ ਜਿਹੜਾ ਕੰਮ ਕਰ ਰਹੇ ਹਾਂ ਜੀ ਧੰਨਵਾਦ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੌਜਵਾਨ ਤਬਕਾ ਅੱਜ ਬਾਬਾ ਸਾਹਿਬ ਤੋਂ ਪੜ ਚੁੱਕਿਆ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉਹਨਾਂ ਦਾ ਤੋਰਿਆ ਹੋਇਆ ਬੇੜੇ ਨੂੰ ਅੱਗੇ ਜਾਣ ਦੇ ਵਿੱਚ ਕਿਤੇ ਨਾ ਕਿਤੇ ਬਚਨ ਬੰਧਿਆ ਤਾਂ ਮੈਂ ਆਸ ਕਰਦਾ ਕਿ ਜਿਵੇਂ ਇਹ ਨੌਜਵਾਨ ਪੀੜ੍ਹੀ ਅੱਗੇ ਤੁਰੀ ਆ ਇਹਨਾਂ ਦੇ ਨਾਲ ਹੋਰ ਸਹਿਯੋਗ ਕੀਤਾ ਜਾਵੇ ਤਾਂ ਜੋ ਬਾਬਾ ਸਾਹਿਬ ਦਾ ਰੁਕਿਆ ਹੋਇਆ ਕਾਫਲਾ ਜਿਹੜਾ ਅਸੀਂ ਮੰਜ਼ਿਲ ਤੱਕ ਪਹੁੰਚਾਉਣਾ ਵਿੱਚ ਜੋ ਡਾਕਟਰ ਭੀਮ ਰਾਓ ਜੀ ਅੰਬੇਡਕਰ ਨੂੰ ਸਮਰਪਿਤ ਆ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਉਸ ਵਿੱਚ ਨੌਜਵਾਨ ਪੀੜ੍ਹੀ ਨੇ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਆਓ ਅਸੀਂ ਇਹਨਾਂ ਨੂੰ ਜਾਣਦੇ ਕਿ ਅੱਜ ਦੇ ਦਿਨ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਆ ਤੇ ਜਿਹੜੇ ਬਾਬਾ ਸਾਹਿਬ ਨੂੰ ਮੰਨਣ ਤੋਂ ਕੰਨੀ ਕਤਰਾਉਂਦੇ ਆ ਉਹਨਾਂ ਲਈ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਜੋ ਪੂਰੇ ਵਿਸ਼ਵ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤਾਂ ਅੱਜ ਦੇ ਦਿਨ ਜੋ ਚੇਤਨਾ ਮਾਰਚ ਰੱਖਿਆ ਗਿਆ ਫਗਵਾੜੇ ਉਹ ਵੈਸੇ 11 ਤਰੀਕ ਨੂੰ ਹੁੰਦਾ ਸੀਗਾ ਜਿਸ ਦਿਨ ਜੋਤੀਰਾਓ ਫੂਲੇ ਜੀ ਦਾ ਵੀ ਜਨਮ ਦਿਨ ਹੁੰਦਾ ਸੀ ਜੋਤੀਰਾਓ ਫੂਲੇ ਅਤੇ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਜੋ ਕੱਢੀ ਜਾਂਦੀ ਹੈ ਇਹ ਸੋ ਉਸ ਦੇ ਵਿੱਚ ਅੱਜ ਦੇ ਨੌਜਵਾਨਾਂ ਲਈ ਜੋ ਲੋੜ ਹੈ ਉਹਨਾਂ ਨੂੰ ਸੰਵਿਧਾਨ ਦੇ ਬਾਰੇ ਜਾਣਨ ਦੀ ਸਾਡਾ ਸਮਾਜ ਜੋ ਪਿਛੜਿਆ ਰਿਹਾ ਹੈ ਕਿ ਅਸੀਂ ਆਪਣੇ ਅੱਜ ਤੱਕ ਆਪਣੇ ਬੋਜਨ ਦੇ ਕੰਬੋਜਨ ਜੋ ਹੋਏ ਆ ਉਹਨਾਂ ਦੇ ਘਰਾਂ ਵਿੱਚ ਹੀ ਆਪਾਂ ਸੰਵਿਧਾਨ ਨਹੀਂ ਪਹੁੰਚਾ ਸਕੇ ਕਿਤੇ ਨਾ ਕਿਤੇ ਸਾਡੀ ਇਹ ਬਹੁਤ ਨਾਕਾਮੀ ਰਹੀ ਹੈ ਸਾਡੇ ਸਮਾਜ ਦੀ ਫਿਰ ਵੀ ਚਲੋ ਟਾਈਮ ਦੇ ਨਾਲ ਅੱਜ ਜਿਸ ਤਰ੍ਹਾਂ ਨੌਜਵਾਨ ਜਾਗ ਰਹੇ ਆ ਉਹ ਹਰ ਘਰ ਘਰ ਸੰਵਿਧਾਨ ਪਹੁੰਚ ਰਿਹਾ ਹੈ ਜੋ ਬਾਬਾ ਸਾਹਿਬ ਨੇ ਸੁਪਨਾ ਦੇਖਿਆ ਸੀ ਬੁੱਧਮਈ ਭਾਰਤ ਦਾ ਉਸਨੂੰ ਪੂਰਾ ਕਰਨ ਦੇ ਲਈ ਨੌਜਵਾਨ ਇਕਜੁੱਟ ਹੋ ਰਹੇ ਆ ਸੋ ਲੋੜ ਆ ਅੱਜ ਹਰ ਇੱਕ ਨੂੰ ਜਾਗਰੂਕ ਹੋਣ ਦੀ ਤੋ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੀ ਇਹਨਾਂ ਸਾਥੀਆਂ ਦਾ ਇਹ ਕਹਿਣਾ ਆ ਕਿ ਬਾਬਾ ਸਾਹਿਬ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦੇ ਸਾਰੇ ਯਤਨਸ਼ੀਲ ਹੋਣ ਤਾਂ ਹੀ ਉਹਨਾਂ ਦੇ ਜਨਮ ਦਿਹਾੜੇ ਮਨਾਉਣ ਦਾ ਫਾਇਦਾ ਆ ਉਹਨਾਂ ਨੂੰ ਪੁੱਛਦਾ ਅੰਬੇਡਕਰੀ ਸਾਥੀਆਂ ਨੂੰ ਪੁੱਛਦਾ ਕਿ ਅੱਜ ਦੇ ਸ਼ੁਭ ਦਿਹਾੜੇ ਤੇ ਤੁਹਾਡਾ ਕੀ ਸੰਦੇਸ਼ ਹੈ ਦੁਨੀਆ ਪਹਿਲਾਂ ਤਾਂ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਜਿਸ ਦੇ ਸੰਬੰਧ ਵਿੱਚ ਅੱਜ ਫਗਵਾੜੇ ਵਿੱਚ ਜਿਹੜੀ ਇਹ ਸ਼ੁਭ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਮੈਂ ਇਹਨਾਂ ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਜਿਹੜਾ ਆ ਇਕੱਠ ਕੀਤਾ ਸੋ ਅੱਜ ਦੇ ਇਸ ਸ਼ੁਭ ਮੌਕੇ ਦੇ ਉੱਪਰ ਮੈਂ ਇਹ ਸਾਰੇ ਦੇਸ਼ ਦੇ ਵਿੱਚ ਵੀ ਬੈਠੇ ਹੋਏ ਔਰ ਇੱਥੇ ਵੀ ਮੌਜੂਦ ਆਪਣੇ ਸਾਰੇ ਭੈਣ ਭਰਾਵਾਂ ਨੂੰ ਜੋ ਵੀ ਜੋ ਇਸ ਵੀਡੀਓ ਦੇਖ ਰਹੇ ਹਨ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਵੱਧ ਤੋਂ ਵੱਧ ਜਿਹੜਾ ਬਾਬਾ ਸਾਹਿਬ ਦੇ ਲਿਟਰੇਚਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜੋ ਉਹ ਸਾਨੂੰ ਲਿਖ ਕੇ ਦੇ ਗਏ ਹਨ ਜੋ ਉਹ ਆਪਣੇ ਵਿਚਾਰ ਸਾਨੂੰ ਆਪਣੀਆਂ ਕਿਤਾਬਾਂ ਦੇ ਵਿੱਚ ਸੰਯੋਗ ਕੇ ਦੇ ਗਏ ਹਨ ਉਸ 'ਤੇ ਧਿਆਨ ਦੇਣ ਦੀ ਲੋੜ ਹੈ ਜੇਕਰ ਅਸੀਂ ਉਹਨਾਂ ਦੇ ਵਿਚਾਰਾਂ 'ਤੇ ਧਿਆਨ ਦੇਵਾਂਗੇ ਤਾਂ ਹੀ ਅਸੀਂ ਉਹਨਾਂ ਨੂੰ ਉਹਨਾਂ ਦੇ ਮਿਸ਼ਨ ਨੂੰ ਸਮਝ ਸਕਦੇ ਹਾਂ ਨਹੀਂ ਤਾਂ ਅਸੀਂ ਫੋਟੋਆਂ 'ਤੇ ਮਗਰ ਤਾਂ ਲੱਗ ਕੇ ਚਲੋ ਉਹ ਵੀ ਜ਼ਰੂਰੀ ਹੁੰਦਾ ਹੈ ਪਰ ਜ਼ਿਆਦਾ ਜ਼ਰੂਰੀ ਇਹ ਹੈ ਕਿ ਅਸੀਂ ਉਹਨਾਂ ਦੇ ਵਿਚਾਰਾਂ 'ਤੇ ਧਿਆਨ ਦੇਈਏ ਔਰ ਮੈਂ ਹੋਰ ਥੋੜ੍ਹੀ ਜਿਹੀ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਮੈਂ ਆਪਣੇ ਸਾਰੇ ਸਾਥੀਆਂ ਦੇ ਨਾਲ ਅਸੀਂ ਇੱਕ ਸੰਸਥਾ ਦਾ ਜਿਹੜਾ ਔਰਗਨਾਈਜ਼ ਕੀਤੀ ਹੋਇਆ ਡਾਕਟਰ BR ਅੰਬੇਡਕਰ ਸਮਾਜ ਦਾ ਇਹ ਸੰਸਥਾ ਉਸ ਦੇ ਥਰੂ ਵੀ ਮੈਂ ਆਪਣੇ ਸਾਰੇ ਸਾਥੀਆਂ ਦਾ ਜਿਹੜੀ ਉਹਨਾਂ ਦੇ ਵਿਚਾਰ ਵੀ ਸਾਂਝੀ ਤੌਰ 'ਤੇ ਆਪ ਦੇ ਅੱਗੇ ਰੱਖਣਾ ਚਾਹੁੰਦਾ ਕਿ ਸਾਨੂੰ ਵੱਧ ਤੋਂ ਵੱਧ ਬਾਬਾ ਸਾਹਿਬ ਦੇ ਵਿਚਾਰਾਂ ਦੇ ਨਾਲ ਨਾਲ ਉਹਨਾਂ ਦਾ ਮੇਨ ਜਿਹੜਾ ਨਾਰਾ ਸੀ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ ਉਸ ਦੇ ਤਹਿਤ ਸਾਰੇ ਵੱਧ ਤੋਂ ਵੱਧ ਬੱਚਿਆਂ ਨੂੰ ਐਜੂਕੇਟ ਕਰਨ ਦੇ ਲਈ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਸਾਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਆ
केवल प्लस टू बी ए जानी डिग्री तक सीमित ना करके सानू उन्हां नूं हायर एजुकेशन तक भी ले जाण दी लोड़ आ, जिथों जिहड़ा साडा जिहड़ा दिमाग जिहड़ा विकसित होना शुरू हुंदा, नवीं सोच डिवेलप होनी शुरू हुंदी आ। सो आप सारे ही श्रोतियां नूं एक बार फिर बाबा साहब जी दे जन्मदिन दीआं बहुत बहुत शुभकामनावां। इहनां दे नाल ही आप सब नूं जय भीम जय भारत। रविदास महाराज जी ने भी गल कही सी कि विद्या सब तो वड्डी चीज़ आ, जो वीर हुणी कहा कि हुण विद्या नाल जुड़ो, उस तो बाद संघर्ष करो, ता ही जाके रविदास महाराज जी का बुद्ध का कबीर का नानक का अंबेडकर का फलसफा अगे तुर सकेगा। सब नूं मेरे वल्लों जय भीम, सलाम।